ਹਜ਼ਰਤ ਈਸਾ ਆਪਣੇ ਸਾਹਬਾ ਇਕਰਾਮ ਨਾਲ ਪਹਾੜੀ ਪਰੋਂ ਲੱਥੇ ਤਾਂ ਇੱਕ ਮੈਦਾਨ ਵਿੱਚ ਗਏ। ਉੱਥੇ ਬਹੁਤ ਸਾਰੇ ਪੈਰੋਕਾਰ ਵੀ ਇਕੱਠੇ ਸਨ ਤਾਂ ਮੁਖਤਲਿਫ ਇਲਾਕਿਆਂ ਤੋਂ ਹੋਰ ਬਹੁਤ ਸਾਰੇ ਲੋਕ ਵੀ ਆਏ ਹੋਏ ਸਨ। ਉਹ ਸਾਰੇ ਲੋਕ ਹਜ਼ਰਤ ਈਸਾ ਦੀ ਤਾਲੀਮ ਸੁਣਨੇ ਤਾਂ ਆਪਣੀਆਂ ਬਿਮਾਰੀਆਂ ਤੋਂ ਸ਼ਿਫਾ ਹਾਸਲ ਕਰਨ ਵਾਸਤੇ ਆਏ ਹੋਏ ਸਨ। ਜਿਨ੍ਹਾਂ ਲੋਕਾਂ ਵਿੱਚ ਜਿੰਨਾਤ ਸਨ ਉਹਨਾਂ ਕੀ ਨਿਜਾਤ ਲੱਭੀ ਸੀ ਅਤੇ ਸਾਰਿਆਂ ਲੋਕਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਹਜ਼ਰਤ ਈਸਾ ਕੀ ਹੱਥ ਹੀ ਲਾਈ ਕਰਨ, ਕਿਉਂਕਿ ਉਹਨਾਂ ਦੀ ਕੁਵਤ ਲੋਕਾਂ ਪਰ ਅਸਰ ਕਰਨੀ ਸੀ ਅਤੇ ਸਾਰਿਆਂ ਕੀ ਸ਼ਿਫਾ ਲੱਭਣੀ ਸੀ। ਹਜ਼ਰਤ ਈਸਾ ਆਪਣੇ ਪੈਰੋਕਾਰਾਂ ਕੀ ਆਖਿਆ, ਖੁਸ਼ ਨਸੀਬ ਹੋ ਤੁਸਾਂ ਜਿਹੜੇ ਗਰੀਬ ਹੋ, ਕਿਉਂਕਿ ਅੱਲਾ ਦੀ ਬਾਦਸ਼ਾਹੀ ਤੁਸਾਂ ਵਾਸਤੇ ਹੈ। ਖੁਸ਼ ਨਸੀਬ ਹੋ ਤੁਸਾਂ ਜਿਹੜੇ ਭੁੱਖੇ ਹੋ, ਕਿਉਂਕਿ ਤੁਸਾਂ ਰੱਜੀ ਜਾਸੋ। ਖੁਸ਼ ਨਸੀਬ ਹੋ ਤੁਸਾਂ ਜਿਹੜੇ ਹੁਣ ਰੋਣੇ ਪਏ ਹੋ, ਕਿਉਂਕਿ ਤੁਸਾਂ ਖੁਸ਼ੀ ਨਾਲ ਹੱਸੋ। ਖੁਸ਼ ਨਸੀਬ ਹੋ ਤੁਸਾਂ ਕਿ ਲੋਕ ਤੁਸਾਂ ਨਾਲ ਨਫ਼ਰਤ ਕਰਸਨ ਤਾਂ ਕਤਾ ਤਾਲੁਕੀ ਕਰਸਨ, ਇਸ ਵਾਸਤੇ ਕਿ ਤੁਸਾਂ ਮਾੜੇ ਪੈਰੋਕਾਰ ਹੋ। ਜਦੋਂ ਤੁਸਾਂ ਨਾਲ ਇਹ ਜਿਹਾ ਸਲੂਕ ਹੋਵੇ ਤਾਂ ਖੁਸ਼ ਰਹੋ, ਕਿਉਂਕਿ ਜੰਨਤ ਵਿੱਚ ਤੁਸਾਂ ਕਿ ਬੜਾ ਅਜਰ ਲੱਭਸੀ। ਜਿਹੜੇ ਲੋਕ ਤੁਸਾਂ ਦੇ ਖਿਲਾਫ਼ ਹਨ ਉਹਨਾਂ ਨੇ ਦਾਦਿਆਂ ਪੜਦਾਦਿਆਂ ਵੀ ਨਬੀਆਂ ਨਾਲ ਇਹ ਜਿਹਾ ਹੀ ਸਲੂਕ ਕੀਤਾ ਸੀ। ਪਰ ਅਫਸੋਸ ਹੈ ਤੁਸਾਂ ਪਰ ਜਿਹੜੇ ਦੌਲਤਮੰਦ ਹੋ, ਕਿਉਂਕਿ ਜਿਹੜੇ ਮਜ਼ੇ ਤੁਸਾਂ ਚਾਹਣੇ ਸੋ ਤੁਸਾਂ ਕੀ ਲੱਭੀ ਗਏ। ਅਫਸੋਸ ਹੈ ਤੁਸਾਂ ਪਰ ਜਿਹੜੇ ਹੁਣ ਰੱਜੇ ਵੇ ਹੋ, ਕਿਉਂਕਿ ਤੁਸਾਂ ਕੀ ਫੇਰ ਭੁੱਖ ਲੱਗੀ ਜਾਸੀ। ਅਫਸੋਸ ਹੈ ਤੁਸਾਂ ਪਰ ਜਿਹੜੇ ਹੁਣ ਹੱਸਣੇ ਪਏ ਹੋ, ਕਿਉਂਕਿ ਤੁਸਾਂ ਮਾਤਮ ਮਨਾਸੋ ਤਾਂ ਰੋਸੋ। ਅਫਸੋਸ ਹੈ ਤੁਸਾਂ ਪਰ ਜਿਨ੍ਹਾਂ ਕੀ ਲੋਕ ਚੰਗਾ ਆਖਣੇ ਨੇ, ਕਿਉਂਕਿ ਉਹਨਾਂ ਨੇ ਦਾਦੇ ਪੜਦਾਦੇ ਤਾਂ ਝੂਠੇ ਨਬੀਆਂ ਕੀ ਵੀ ਚੰਗਾ ਆਖਣੇ ਸਨ। ਪਰ ਮੈਂ ਤੁਸਾਂ ਕੀ ਆਖਣਾ, ਆਪਣੇ ਦੁਸ਼ਮਣਾਂ ਨਾਲ ਵੀ ਮੁਹੱਬਤ ਕਰੋ, ਜਿਹੜੇ ਤੁਸਾਂ ਨਾਲ ਨਫ਼ਰਤ ਕਰਨੇ ਨੇ ਉਹਨਾਂ ਨਾਲ ਵੀ ਭਲਾ ਕਰਿਆ ਕਰੋ, ਅਤੇ ਉਹਨਾਂ ਵਾਸਤੇ ਵੀ ਦੁਆ ਕਰਿਆ ਕਰੋ ਜਿਹੜੇ ਤੁਸਾਂ ਨਾਲ ਬਦਸਲੂਕੀ ਕਰਨੇ ਨੇ। ਕਦੇ ਕੋਈ ਤੁਸਾਂ ਨੇ ਮੂੰਹ ਐਪ ਸੱਜੇ ਪਾਸਾ ਚੰਡ ਮਾਰਿਆ ਤਾਂ ਤੁਸਾਂ ਉਸ ਕੀ ਖੱਬਾ ਪਾਸਾ ਵੀ ਮੋੜੋ। ਕਦੇ ਕੋਈ ਤੁਸਾਂ ਨਾ ਕੋਟ ਘਿੰਨੇ ਦੀ ਕੋਸ਼ਿਸ਼ ਕਰੇ ਤਾਂ ਤੁਸਾਂ ਆਪਣੀ ਕਮੀਜ਼ ਵੀ ਉਸਕੀ ਚਾਹੀਦੇ ਹੋ। ਜਿਹੜਾ ਵੀ ਤੁਸਾਂ ਕੋਲੋਂ ਕੁਝ ਮੰਗਿਆ ਉਸਕੀ ਦਇਆ ਕਰੋ। ਕਦੇ ਵੀ ਤੁਸਾਂ ਨੇ ਚੀਜ਼ ਕੋਈ ਚਾਹੀ ਕਿਨੈ ਤਾਂ ਉਸ ਕੋਲੋਂ ਮੋੜੀ ਕਿ ਨਾ ਕਿਨੋ। ਕਿੱਸਾ ਮੁਖਤਸਰ ਇਹ ਹੈ ਕਿ ਦੂਜਿਆਂ ਲੋਕਾਂ ਨਾਲ ਇਹ ਜਿਹਾ ਹੀ ਸਲੂਕ ਕਰੋ ਜਿਹਾ ਜਿਹਾ ਤੁਸਾਂ ਚਾਹੁੰਦੇ ਹੋ ਕਿ ਲੋਕ ਤੁਸਾਂ ਨਾਲ ਕਰਨ। ਜੇ ਕਦੇ ਤੁਸਾਂ ਸਿਰਫ ਉਹਨਾਂ ਲੋਕਾਂ ਨਾਲ ਹੀ ਮੁਹੱਬਤ ਕਰੋ ਜਿਹੜੇ ਤੁਸਾਂ ਨਾਲ ਕਰਨੇ, ਤਾਂ ਇਸ ਗੱਲਾਂ ਨਾਲ ਤੁਸਾਂ ਕੀ ਕਿਹਾ ਸਵਾਬ ਲੱਭਸੀ। ਇਸ ਤਰ੍ਹਾਂ ਤਾਂ ਉਹ ਲੋਕ ਵੀ ਕਰਨੇ ਨੇ ਜਿਨ੍ਹਾਂ ਕਿ ਤੁਸਾਂ ਗੁਨਾਹਗਾਰ ਆਖਣੇ ਹੋ। ਅਗਰ ਤੁਸਾਂ ਸਿਰਫ ਉਹਨਾਂ ਲੋਕਾਂ ਨਾਲ ਹੀ ਭਲਾਈ ਕਰੋ ਜਿਹੜੇ ਤੁਸਾਂ ਨਾਲ ਕਰਨੇ ਨੇ, ਤਾਂ ਇਸ ਨਾਲ ਤੁਸਾਂ ਕੀ ਕਿਹਾ ਸਵਾਬ ਲੱਭਸੀ। ਇਸ ਤਰ੍ਹਾਂ ਤਾਂ ਗੁਨਾਹਗਾਰ ਲੋਕ ਵੀ ਕਰਨੇ ਨੇ। ਅਗਰ ਤੁਸਾਂ ਸਿਰਫ ਉਹਨਾਂ ਲੋਕਾਂ ਕੀ ਕਰਜ਼ਾ ਦਿਓ ਜਿਨ੍ਹਾਂ ਕੋਲ ਵਾਪਸੀ ਦੀ ਤਵੱਕੋ ਹੋਵੇ, ਤਾਂ ਇਸ ਨਾਲ ਤੁਸਾਂ ਕੀ ਕਹਿ ਸਵਾਬ ਲੱਭਸੀ। ਪਰ ਤੁਸਾਂ ਆਪਣੇ ਦੁਸ਼ਮਣਾਂ ਨਾਲ ਵੀ ਮੁਹੱਬਤ ਕਰੋ, ਭਲਾਈ ਕਰਿਆ ਕਰੋ, ਤਾਂ ਉਹਨਾਂ ਕੀ ਕਰਜ਼ਾ ਦੇਣ ਵੇਲੇ ਵਾਪਸੀ ਨਾਲ ਨਾ ਸੋਚਿਆ ਕਰੋ। ਇਸ ਚੀਜ਼ ਨਾਲ ਅਜਰ ਤੁਸਾਂ ਕੀ ਬਹੁ ਲੱਭਸੀ, ਤਾਂ ਤੁਸਾਂ ਅੱਲਾਹ ਤਾਲਾ ਨੇ ਪਿਆਰੇ ਬੰਦਿਆਂ ਵਿੱਚ ਸ਼ਾਮਿਲ ਹੋਈ ਜਾਸੋ। ਰਹਿਮ ਦਿਲ ਬਣੋ, ਕਿਉਂਕਿ ਤੁਸਾਂ ਨਾਲ ਅਸਮਾਨੀ ਬਾਪ ਰਹਿਮ ਦਿਲ ਹੈ। ਦੂਵਿਆਂ ਉੱਪਰ ਇਲਜ਼ਾਮ ਨਾ ਲਾਇਆ ਕਰੋ ਤਾਂ ਕਿ ਤੁਸਾਂ ਉੱਪਰ ਵੀ ਇਲਜ਼ਾਮ ਨਾ ਅੱਛਾ। ਦੂਵਿਆਂ ਨੇ ਕਸੂਰ ਮਾਫ਼ ਕਰੋ ਤਾਂ ਕਿ ਤੁਸਾਂ ਨੇ ਵੀ ਗੁਨਾਹ ਮਾਫ਼ ਕੀਤੇ ਜਾਣ। ਹੋਰਾਂ ਕੀ ਦਿਓ ਤਾਂ ਅੱਲਾ ਤਾਲਾ ਤੁਸਾਂ ਕੀ ਦੇਸੀ। ਬਹੁਤ ਸੋਹਣਾ ਬਦਲਾ ਨਾਪੀ ਤੋਲੀ ਕਿ ਤੁਸਾਂ ਕੀ ਦੇਸੀ। ਜਿਹੜੇ ਨਾਪ ਨਾਲ ਤੁਸਾਂ ਨਾਪੀ ਕਿ ਹੋਰਾਂ ਕੀ ਦੇਸੋ, ਇਹ ਜੇ ਨਾਪ ਨਾਲ ਅੱਲਾ ਤਾਲਾ ਤੁਸਾਂ ਕੀ ਨਾਪੀ ਕਿ ਦੇਸੀ। ਕਿਆ ਖਿਆਲ ਹੈ, ਇੱਕ ਅੰਨਾ ਦੂਏ ਅੰਨੇ ਕੀ ਰਾਹ ਦੱਸੀ ਸਕਣਾ? ਅਗਰ ਇਸ ਰਾਹ ਹੋਵੇ ਤਾਂ ਉਹ ਦੋਵੇਂ ਖੱਡੇ ਵਿੱਚ ਨਾ ਢਈ ਜਾ ਸਨ। ਕਹਿ ਗੱਲ ਹੈ, ਤੁਸਾਂ ਕੀ ਕਿਸੇ ਦੂਏ ਦੀ ਅੱਖੀ ਵਿੱਚ ਇੱਕ ਕੱਖ ਵੀ ਨਜ਼ਰ ਆਈ ਜਾਣਾ ਹੈ, ਪਰ ਆਪੋ ਆਪਣੀ ਅੱਖੀ ਵਿੱਚ ਲੱਕੜ ਹੋਵੇ ਤਾਂ ਉਸਨੀ ਵੀ ਪਰਵਾਹ ਨਹੀਂ ਉਹ ਕਰਨੇ? ਜੇ ਤੁਸਾਂ ਕੀ ਆਪਣੀ ਅੱਖੀ ਵਿੱਚ ਪਈ ਵੀ ਲੱਕੜ ਨਹੀਂ ਦਿਸਣੀ, ਤਾਂ ਫਿਰ ਤੁਸਾਂ ਕਿਹੜੇ ਮੂੰਹ ਨਾਲ ਕਿਸੇ ਕੀ ਆਖੀ ਸਕਣੇ ਹੋ?
ਮੈਂ ਤੁਹਾਡੀ ਅੱਖੀ ਵਿੱਚੋਂ ਕੱਖ ਕੱਢਾਂ। ਇਹ ਰਿਆਕਾਰੋ, ਪਹਿਲੇ ਆਪਣੀ ਅੱਖੀ ਵਿੱਚੋਂ ਲੱਕੜ ਦਾ ਕੱਢੋ, ਫਿਰ ਦੂਏ ਦੀ ਅੱਖੀ ਵਿੱਚੋਂ ਵੀ ਠੀਕ ਤਰ੍ਹਾਂ ਨਾਲ ਤੱਕੀ ਕੇ ਕੱਖ ਕੱਢੀ ਸਕਸੋ। ਫਿਰ ਹਜ਼ਰਤ ਈਸਾ ਆਖਿਆ, ਬੂਟਾ ਚੰਗਾ ਹੋਵੇ ਤਾਂ ਉਸ ਨਾਲ ਫਲ ਖਰਾਬ ਨਹੀਂ ਹੋਣਾ, ਤਾਂ ਨਾ ਹੀ ਖਰਾਬ ਬੂਟੇ ਨਾਲ ਫਲ ਚੰਗਾ ਹੋ ਸਕਣਾ। ਹਰ ਬੂਟਾ ਆਪਣੇ ਆਪਣੇ ਫਲ ਤੋਂ ਸਿਆਣਿਆ ਜਾਣਾ। ਕਿਆ ਖਿਆਲ ਹੈ, ਕੰਡੇਦਾਰ ਬੂਟਿਆਂ ਤੋਂ ਇੰਜੀਰ ਜਾਂ ਝਾੜੀਆਂ ਤੋਂ ਅੰਗੂਰ ਹਾਸਲ ਹੋ ਸਕਣੇ ਨੇ? ਬਿਲਕੁਲ ਨਾ। ਚੰਗੇ ਬੰਦੇ ਨਾਲ ਦਿਲ ਚੰਗੀਆਂ ਚੀਜ਼ਾਂ ਨਾਲ ਖਜ਼ਾਨਾ ਹੋਣਾ ਹੈ, ਜਿਸ ਵਿੱਚੋਂ ਹਮੇਸ਼ਾ ਚੰਗਾ ਚੰਗਾ ਮਾਲ ਕੱਢਣਾ ਹੈ। ਬੁਰੇ ਬੰਦੇ ਨਾਲ ਦਿਲ ਬੁਰਾਈ ਨਾਲ ਢੇਰ ਹੋਣਾ ਹੈ, ਜਿਸ ਵਿੱਚੋਂ ਉਹ ਬੁਰਾਈ ਹੀ ਬੁਰਾਈ ਕੱਢਣਾ ਰਹਿਣਾ। ਜ਼ਾਹਿਰ ਹੈ, ਜੋ ਕੁਝ ਕਿਸੇ ਨੇ ਦਿਲਾਂ ਵਿੱਚੋਂ ਸੀ, ਉਹ ਹੀ ਉਸਨੇ ਜ਼ਬਾਨ ਪਰ ਵੀ ਅੱਜ ਸੀ। ਤੁਸਾਂ ਮਿਕੀ ਆਕਾ ਆਕਾ ਕਿਉਂ ਆਖਣੇ ਹੋ, ਜੇ ਮਾੜੇ ਆਖਣੇ ਪਰ ਨਹੀਂ ਉਹ ਚੱਲਣੇ? ਜਿਹੜਾ ਬੰਦਾ ਮਾੜੀਆਂ ਗੱਲਾਂ ਸੁਣਨਾ ਤਾਂ ਉਹਨਾਂ ਪਰ ਅਮਲ ਵੀ ਕਰਨਾ, ਉਸਦੀ ਮਿਸਾਲ ਉਸ ਅਕਲਮੰਦ ਬੰਦੇ ਦੀ ਤਰ੍ਹਾਂ ਹੈ, ਜਿਸ ਆਪਣਾ ਘਰ ਬਣਾਉਣੇ ਵੇਲੇ ਬੁਨਿਆਦਾਂ ਸਖ਼ਤ ਪੱਥਰੀਲੀ ਜਗ੍ਹਾ ਪਰ ਖੁੰਦੀਆਂ। ਸੈਲਾਬ ਆਇਆ ਤਾਂ ਉਸ ਘਰਾਂ ਨਾਲ ਟਕਰਾਇਆ, ਪਰ ਉਸਕੀ ਨਾ ਢਾਈ ਸਕਿਆ, ਕਿਉਂ ਕਿ ਘਰ ਮਜ਼ਬੂਤ ਬਣਿਆ ਸੀ। ਪਰ ਜਿਹੜਾ ਬੰਦਾ ਮਾੜੀਆਂ ਗੱਲਾਂ ਸੁਣਨਾ ਪਰ ਅਮਲ ਨਹੀਂ ਕਰਨਾ, ਉਹ ਉਸ ਬੇਵਕੂਫ਼ ਬੰਦੇ ਦੀ ਤਰ੍ਹਾਂ ਹੈ, ਜਿਸ ਆਪਣਾ ਘਰ ਬਗੈਰ ਬੁਨਿਆਦਾਂ ਤੋਂ ਬਣਾਇਆ, ਸੈਲਾਬ ਉਸ ਨਾਲ ਟਕਰਾਇਆ ਤਾਂ ਉਹ ਇੱਕਦਮ ਢਹਿ ਕੇ ਬਰਬਾਦ ਹੋ ਗਿਆ।